दोस्तों किताब के कवर तो कदे भी किताब नहीं जज की जा सकती। ये गल असी ने बहुत बार सुनी है पर इस गल नूं संपूर्ण तौर पर एक कहानी सिद्ध करती है जो अज तुहाडे मैं रूबरू करन जा रहा। यकीन मनियो ये कहानी सुन के तुहाडे देखण दा नजरिया जो बिल्कुल ही बदल जाएगा। इस कहानी विच एक टिकट चैकर स्टेशन उपर खड़ा टिकटां चैक कर रहा हुंदा है। वो एक व्यक्ति नूं देखदा है जो 18 साल का हुंदा है ते उस कोल नजरां बचा रहा हुंदा है। टिकट चैकर उस नूं देख के अंदाजा लगा लैंदा है कि उस कोल टिकट नहीं होवेगी ते उसके कपड़िआं वल देखदा है तां उसके कपड़े पाटे हुए ते ਕੀਆਂ ਨਾਲ ਭਰੇ ਹੁੰਦੇ ਹਨ। ਉਸਦੇ ਟਿਕਟ ਪੁੱਛਣ ਤੇ ਉਸਨੂੰ ਪਤਾ ਲੱਗਦਾ ਹੈ ਕਿ ਉਸ ਕੋਲ ਟਿਕਟ ਨਹੀਂ। ਇਸ ਗੱਲ ਨੂੰ ਜਾਣਨ ਤੋਂ ਬਾਅਦ ਟਿਕਟ ਚੈਕਰ ਉਸਨੂੰ ਬਹੁਤ ਬੁਰਾ ਜਲੀਲ ਕਰਦਾ ਹੈ ਤੇ ਮੁਸਾਫਰ ਟਿਕਟ ਚੈਕਰ ਦੀਆਂ ਗੱਲਾਂ ਸੁਣ ਕੇ ਨੀਵੀਂ ਪਾ ਲੈਂਦਾ ਹੈ। ਇਸ ਤੋਂ ਬਾਅਦ ਟਿਕਟ ਚੈਕਰ ਮੁਸਾਫਰ ਦੀਆਂ ਜੇਬਾਂ ਚੈੱਕ ਕਰਨ ਲਈ ਅੱਗੇ ਵੱਧਦਾ ਹੈ ਤਾਂ ਮੁਸਾਫਰ ਆਪਣੀ ਜੇਬ ਵਿੱਚੋਂ ਇੱਕ ਕਾਗਜ਼ਾਂ ਦੀ ਭਰੀ ਹੋਈ ਥੈਲੀ ਕੱਢਦਾ ਹੈ ਤੇ ਟਿਕਟ ਚੈਕਰ ਨੂੰ ਬੋਲਦਾ ਹੈ ਕਿ ਮੇਰੇ ਕੋਲ ਕੋਈ ਪੈਸੇ ਨਹੀਂ, ਜੇ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਜੇਲ੍ਹ ਵਿੱਚ ਸੁੱਟ ਦੇਵੋ ਪਰ ਮੈਨੂੰ ਇੱਦਾਂ ਜਲੀਲ ਨਾ ਕਰੋ। ਇਹ ਗੱਲ ਕਹਿ ਕੇ ਮੁਸਾਫਰ ਦੀਆਂ ਅੱਖਾਂ ਭਰ ਆਉਂਦੀਆਂ ਨੇ ਤੇ ਟਿਕਟ ਚੈਕਰ ਜਦੋਂ ਉਹਦੀਆਂ ਅੱਖਾਂ ਵੱਲ ਦੇਖਦਾ ਹੈ ਤਾਂ ਟਿਕਟ ਚੈਕਰ ਦਾ ਵੀ ਮਨ ਭਰ ਆਉਂਦਾ ਹੈ ਤਾਂ ਟਿਕਟ ਚੈਕਰ ਉਸ ਨੂੰ ਲੈ ਕੇ ਇੱਕ ਗਰਾਊਂਡ ਵਿੱਚ ਜਾਂਦਾ ਹੈ। ਟਿਕਟ ਚੈਕਰ ਮੁਸਾਫਰ ਨੂੰ ਗਰਾਊਂਡ ਵਿੱਚ ਲਿਜਾ ਕੇ ਪੁੱਛਦਾ ਹੈ ਕਿ ਤੇਰਾ ਨਾਮ ਕੀ ਹੈ ਤੇ ਤੂੰ ਕਿੱਥੋਂ ਆਇਆ ਹੈ। ਇਹ ਗੱਲ ਸੁਣ ਕੇ ਮੁਸਾਫਿਰ ਬੋਲਦਾ ਹੈ ਕਿ ਕਿਰਪਾ ਕਰਕੇ ਮੈਨੂੰ ਜੇਲ੍ਹ ਵਿੱਚ ਸੁੱਟ ਦੇਵੋ ਕਿਉਂਕਿ ਮੇਰੀ ਗਲਤੀ ਹੈ। ਇਹ ਗੱਲ ਸੁਣ ਕੇ ਟਿਕਟ ਚੈਕਰ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਕੋਈ ਪਾਗਲ ਵਿਅਕਤੀ ਹੈ ਪਰ ਦੁਬਾਰਾ ਪੁੱਛਣ ਤੇ ਮੁਸਾਫਿਰ ਦੱਸਦਾ ਹੈ ਕਿ ਉਹ ਇੱਕ ਲਿਖਾਰੀ ਹੈ, ਉਹ ਇੱਕ ਨਾਵਲਕਾਰ ਹੈ ਅਤੇ ਉਸ ਦੀਆਂ ਲਿਖਤਾਂ ਅਕਸਰ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ ਤੇ ਉਹ ਨਾਲ ਇਹ ਵੀ ਦੱਸਦਾ ਹੈ ਕਿ ਉਸ ਚੀਜ਼ ਦੇ ਉਸਨੂੰ ਬਹੁਤ ਥੋੜੇ ਪੈਸੇ ਮਿਲਦੇ ਹਨ ਜਿਸ ਨਾਲ ਉਸਦਾ ਗੁਜ਼ਾਰਾ ਮਸਾਂ ਹੀ ਹੁੰਦਾ ਹੈ ਤੇ ਇਹ ਦੱਸਦੇ ਉਹ ਇਹ ਵੀ ਦੱਸਦਾ ਹੈ ਕਿ ਹੁਣ ਉਹ ਇੱਕ ਨਾਵਲ ਲਿਖ ਰਿਹਾ ਹੈ ਜਿਸ ਲਈ ਉਸ ਕੋਲ ਕਾਗਜ਼ ਵੀ ਨਹੀਂ ਹਨ। ਉਹ ਰੱਦੀ ਅਖਬਾਰ ਜਾਂ ਪੁਰਾਣੀਆਂ ਕਾਪੀਆਂ ਉੱਤੇ ਆਪਣੇ ਜੋ ਨਾਵਲ ਨੂੰ ਹੈ ਪੂਰਾ ਕਰ ਰਿਹਾ ਹੈ ਤੇ ਉਹ ਨਾਲ ਇਹ ਵੀ ਦੱਸਦਾ ਹੈ ਕਿ ਉਹ ਨਾਵਲ ਪੂਰਾ ਹੋਣ ਜਾ ਰਿਹਾ ਹੈ, ਬਸ ਉਸਦਾ ਇੱਕ ਕਾਂਡ ਰਹਿ ਗਿਆ ਹੈ ਤੇ ਇਸ ਲਈ ਉਹ ਇਸ ਨਾਵਲ ਨੂੰ ਵੇਚਣ ਲਈ ਸ਼ਹਿਰ ਜਾ ਰਿਹਾ ਸੀ ਜਿਸ ਤੋਂ ਉਸ ਨੂੰ ਕੁਝ ਪੈਸੇ ਮਿਲ ਜਾਣ ਤੇ ਉਹ ਆਪਣਾ ਢਿੱਡ ਭਰ ਸਕੇ। ਇਹ ਗੱਲ ਸੁਣ ਕੇ ਟਿਕਟ ਚੈਕਰ ਦੀਆਂ ਅੱਖਾਂ ਭਰ ਆਉਂਦੀਆਂ ਨੇ ਤੇ ਉਹ ਉਸ ਨੂੰ ਆਪਣੇ ਘਰ ਲੈ ਜਾਂਦਾ ਹੈ। ਉਸ ਨੂੰ ਖਾਣਾ ਖਵਾਉਣ ਤੋਂ ਬਾਅਦ ਕਹਿੰਦਾ ਹੈ ਮੈਂ ਤੁਹਾਡੀ ਮਦਦ ਕਰ ਸਕਦਾ ਪਰ ਇੱਕ ਸ਼ਰਤ ਉੱਤੇ, ਜੇ ਤੁਸੀਂ ਮੈਨੂੰ ਨਾਵਲ ਸੁਣਾਉਣੇ ਹੋ ਤੇ ਮੈਨੂੰ ਨਾਵਲ ਪਸੰਦ ਆਉਂਦਾ ਹੈ। ਇਹ ਗੱਲ ਸੁਣ ਕੇ ਮੁਸਾਫਿਰ ਇੱਕ ਵਾਰ ਨੀਚੇ ਨੂੰ ਸਿਰ ਹਿਲਾਉਂਦਾ ਹੈ। ਸ਼ਾਮ ਦਾ ਵੇਲਾ ਹੁੰਦਾ ਹੈ, ਟਿਕਟ ਚੈਕਰ ਮੁਸਾਫਿਰ ਨੂੰ ਕਹਿੰਦਾ ਹੈ ਕਿ ਚਲੋ ਮੈਨੂੰ ਨਾਵਲ ਸੁਣਾਓ। ਮੁਸਾਫਿਰ ਇਹ ਗੱਲ ਸੁਣ ਕੇ ਆਪਣੀ ਜੇਬ ਡੋਲਦਾ ਹੈ ਤੇ ਉਸ ਕੋਲ ਪਾਟੇ ਹੋਏ ਜੋ ਵਰਕੇ ਹੁੰਦੇ ਹਨ ਉਹਨਾਂ ਨੂੰ ਲੜੀਵਾਰ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਸਭ ਤੋਂ ਪਹਿਲਾਂ ਉਹ ਆਪਣਾ ਪਹਿਲਾ ਵਰਕਾ ਮੇਜ਼ ਉੱਤੇ ਰੱਖ ਦਿੰਦਾ ਹੈ ਜਿਸ ਉੱਤੇ ਲਿਖਿਆ ਹੁੰਦਾ ਹੈ ਚਿੱਟਾ ਲਹੂ ਅਤੇ ਥੱਲੇ ਲਿਖਿਆ ਹੁੰਦਾ ਨਾਨਕ ਸਿੰਘ। ਇਹ ਚੀਜ਼ ਪੜ੍ਹਦੇ ਹੀ ਟਿਕਟ ਚੈਕਰ ਹੈਰਾਨ ਹੋ ਜਾਂਦਾ ਹੈ ਤੇ ਭੱਜ ਕੇ ਆਪਣੀ ਅਲਮਾਰੀ ਖੋਲਦਾ ਹੈ ਤੇ ਉਸ ਵਿੱਚੋਂ ਇੱਕ ਕਿਤਾਬਾਂ ਭਰਿਆ ਹੋਇਆ ਗੱਥਾ ਲੈ ਕੇ ਆਉਂਦਾ ਹੈ ਤੇ ਸਾਹਮਣੇ ਰੱਖ ਦਿੰਦਾ ਹੈ। ਮੁਸਾਫਿਰ ਦੇ ਪੈਰੀ ਪੈ ਜਾਂਦਾ ਹੈ ਤੇ ਪੁੱਛਦਾ ਹੈ ਕਿ ਤੁਸੀਂ ਉਹੀ ਨਾਨਕ ਸਿੰਘ ਹੋ ਜਿਸ ਦੀਆਂ ਇਹ ਕਿਤਾਬਾਂ ਹਨ, ਜਿਸ ਦੀਆਂ ਕਿਤਾਬਾਂ ਨੇ ਮੇਰੀ ਸਾਰੀ ਜ਼ਿੰਦਗੀ ਨੂੰ ਬਦਲ ਦਿੱਤਾ, ਜਿਸ ਦੇ ਵਿਚਾਰਾਂ ਨੂੰ ਸੁਣ ਸੁਣ ਕੇ ਮੈਂ ਇਹ ਮੁਕਾਮ ਤੱਕ ਪਹੁੰਚੇ ਹਾਂ ਤੇ ਮੁਸਾਫਿਰ ਉਸ ਦੀ ਗੱਲ ਸੁਣ ਕੇ ਆਪਣੇ ਸਿਰ ਨੂੰ ਇੱਕ ਵਾਰ ਨੀਚੇ ਕਰਦਾ ਹੈ ਤੇ ਬੋਲਦਾ ਹੈ ਕਿ ਹਾਂ ਚੱਲ ਆ ਜਾ ਨਾਵਲ ਸੁਣ ਲੈ। ਇਹ ਗੱਲ ਸੁਣਦਿਆਂ ਹੀ ਟਿਕਟ ਚੈਕਰ ਦਾ ਮਨ ਭਰ ਆਉਂਦਾ ਹੈ ਤੇ ਉਸ ਨੂੰ ਆਪਣੇ ਉੱਤੇ ਘਿਰਨਾ ਆਉਣ ਲੱਗ ਜਾਂਦੀ ਹੈ ਕਿਉਂਕਿ ਉਹ ਉਸ ਨੂੰ ਸਟੇਸ਼ਨ ਉੱਤੇ ਬਹੁਤ ਹੀ ਜਲੀਲ ਕਰਦਾ ਹੈ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਤੇ ਉਸ ਤੋਂ ਉੱਚੀ ਉੱਚੀ ਰੋ ਕੇ ਮਾਫੀ ਮੰਗਣ ਲੱਗ ਜਾਂਦਾ ਹੈ। ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਤਾਬ ਨੂੰ ਕਦੇ ਵੀ ਕਵਰ ਤੋਂ ਜੱਜ ਨਹੀਂ ਕੀਤਾ ਜਾ ਸਕਦਾ। ਬੰਦ ਕਮਰੇ ਵਿੱਚ ਬਹੁਤ ਸਾਰੇ ਰਾਜ਼ ਹੁੰਦੇ ਹਨ ਜੋ ਖੁੱਲਣ ਤੇ ਹੀ ਪਤਾ ਲੱਗਦੇ ਹਨ। ਜੇ ਤੁਸੀਂ ਉਹ ਨਾਵਲ ਜੋ ਉਸ ਮੁਸਾਫਿਰ ਦੁਆਰਾ ਲਿਖਿਆ ਗਿਆ ਸੀ ਉਸ ਨੂੰ ਪੜ੍ਹਨਾ ਚਾਹੁੰਦੇ ਹੋ, ਇੱਕ ਸੱਚਮੁੱਚ ਦਾ ਨਾਵਲ ਹੈ ਜਿਸ ਦਾ ਨਾਮ ਹੈ ਚਿੱਟਾ ਲਹੂ ਤੇ ਉਹ ਨਾਨਕ ਸਿੰਘ ਦਾ ਹੀ ਲਿਖਿਆ ਹੋਇਆ ਹੈ ਤੇ ਮੇਰੀ ਮੰਨੋ ਤਾਂ ਇਹ ਨਾਵਲ ਬਹੁਤ ਸੋਹਣਾ ਹੈ। ਅਗਰ ਤੁਸੀਂ ਕਿਤਾਬਾਂ ਨਹੀਂ ਵੀ ਪੜ੍ਹਦੇ ਤਾਂ ਇਹ ਕਿਤਾਬ ਤੁਸੀਂ ਜ਼ਰੂਰ ਪੜ੍ਹੋ ਕਿਉਂਕਿ ਕਿਤਾਬ ਪੜ੍ਹਨ ਤੋਂ ਬਾਅਦ ਤੁਹਾਨੂੰ ਇੱਕ ਐਡਿਕਸ਼ਨ ਲੱਗਣ ਵਾਲੀ ਹੈ, ਉਹ ਹੈ ਕਿਤਾਬਾਂ ਪੜ੍ਹਨ ਦੀ। ਤਾਂ ਇਦਾਂ ਦੀ ਹੋਰ ਵੀਡੀਓਜ਼ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਲਾਈਕ ਕਰ ਦਿਓ ਤੇ ਕਿਸੇ ਹੋਰ ਨੂੰ